ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕਰੋਨਾ ਵਾਇਰਸ ਮਹਾਮਾਰੀ ਨੂੰ ਠੱਲ ਪਾਉਣ ਵਾਸਤੇ ਜਾਰੀ ਤਾਲਾਬੰਦੀ ਦੌਰਾਨ ਪੰਜਾਬ ਵਿੱਚ ਵੱਡੇ ਪੱਧਰ ਤੇ ਪ੍ਰਸ਼ਾਸਨਿਕ ਰੱਦੋ ਬਦਲ ਕਰਨ ਦਾ ਮਾਮਲਾ ਸਾਹਮਣੇ ਆਇਆ। ਸਰਕਾਰ ਨੇ ਬੀਤੀ ਰਾਤੀ IAS ਤੇ PCS ਅਧਿਕਾਰੀਆਂ ਦੀ ਬਦਲੀ ਹੋਰਨਾਂ ਵਿਭਾਗਾਂ ਵਿੱਚ ਕਰ ਦਿੱਤੀ ਹੈ। ਚੀਫ ਸੈਕਟਰੀ ਕਰਨ ਅਵਤਾਰ ਨੇ ਇਹਨਾਂ ਬਦਲਿਆਂ ਦੀ ਪ੍ਰਵਾਨਗੀ ਦੇ ਦਿੱਤੀ ਹੈ ਤੇ ਸੁਪਰਡੈਂਟ ਪ੍ਰਦੀਪ ਸਿੰਘ ਨੇ ਸੂਚੀ ਜਾਰੀ ਕਰ ਦਿੱਤੀ ਹੈ। ਸੂਚੀ ਦੇ ਮੁਤਾਬਕ IAS ਤੇ PCS ਅਧਿਕਾਰੀਆਂ ਨੂੰ ਅਹਿਮ ਵਿਭਾਗ ਸੌਂਪੇ ਗਏ ਨੇ। ਕਈ ਸ਼ਹਿਰੀ ਤੇ ਵਧੀਕ DC ਤੇ ਕਈ ਤਹਿਸੀਲਾਂ ਦੇ SDM ਅਤੇ ਕਈ ਵਿਭਾਗਾਂ ਦੇ ਕਮਿਸ਼ਨਰ ਵੀ ਤਬਦੀਲ ਹੋਏ ਨੇ। ਪੰਜਾਬੀ ਖਬਰਾਂ ਦੇ ਵਿੱਚ ਇਹ ਸੀ ਅੱਜ ਦੀ ਵੱਡੀ ਖਬਰ। ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਵਾਜ਼ਨਿਊਜ਼ਵਾਲਾ .com ਦੇ ਨਾਲ।